मैं इत्थे हो गए 8-9-10 महीने हो गए मैनूं रहिंदी नूं। मेरी बेटी आ, मेरी दो बेटियां सीगियां। हांजी मैं किराए ते रहिंदी सी। हुण मतलब कि जिहड़ा इहनां दा बेटा वा, मतलब जिहड़ी आ इत्थे, मतलब असीं रात दे आए सीगे, 5-6 दिन हो गए असीं इत्थे नहीं सीगे, मेरी गुड़िया ते मैं ते मेरे हसबैंड जिहड़े जॉब करदे बाहर, ठीक है। ते मैं मतलब चल गई ते मेरे हसबैंड आए ही अमृतसर, ते मैं अमृतसर गई हुई सीगी 4-5 दिनां तों। मतलब असीं रात आए ते मेरी जिहड़ी सिस्टर उहनां दी मैरिज सीगी, ते असीं जिद्दां आए असीं बैग रख के गुड़िया वास्ते शॉपिंग करन वास्ते चल गए मैरिज वास्ते, चल गए। उस तों बाद की होया ते आए असीं, स्मैल आउंदी सीगी ते असीं सोचिया कि शायद कुछ अंदर कोई जानवर वगैरह ना मरिया होवे, है ना, क्योंकि असीं इन्ने नहीं मतलब नहीं सीगा। ते उस तों बाद की होया ते उस तों बाद जिद्दां मतलब ना मैं सुबह मॉर्निंग ब्रश करन मैं ही उठी हाँ, ते मेरा ब्रश ही सारा इत्थे ही पिया बारे, ते मैनूं ना इधरों पौड़ी वालों ज्यादा स्मैल आ गई। ते मैं अपने हसबैंड नूं मैं ही कहा, मैं कहा थोड़ा ता ना होके चलिए, असीं जिद्दां ता च गए बूहा खुला पिया सी इदा ही, ते इदा ब्लड आउण दिया ही, असीं सर इदा ही वापस बाहर आ गए। असीं इत्थों सीधा सुल्तानपुर लोधी असीं कंप्लेन ले के, ते उन्हां नूं असीं दंद खाने वाले नाल लेके आए, ते उन्हां ने चैक कीता वी की अंदर की प्रॉब्लम आ। ते जिहड़ा मुंडा सीगा अपनी मां नाल लड़दा वी सीगा, किसे नाल इहदी लड़ाई होई सीगी, इहने मारिया मुरिया ही की कीता सानूं नहीं ना पता, बट ओहदी जिहड़ी मां आ घरे आ के मेरे सामने वी लड़िया वा। जिहड़ा उहनां दा जो सीगा उहनां दे हसबैंड सीगा सिस्टर दा, ओह ओहदे वी हत्थी पिया। ਇਹ ਮੇਰੀ ਮਾਂ ਆ, ਇਹ ਜਵਾਲਾ ਸਿੰਘ ਨਗਰ ਰਹਿੰਦੇ ਆ, ਤੇ ਇਹ ਮੇਰੇ ਭਰਾ ਨੂੰ ਜੋ ਕੀਤਾ ਗਿਆ ਜੀ ਛੋਟੇ ਨੂੰ ਉਹਨੇ ਹਲਸੇ ਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ, ਜਿਹਨੇ ਵੀ ਦੁਨੀਆ ਦਿਖਾਈ ਉਹਨੂੰ ਸਾਰਾ ਕੁਛ ਬਾਹਰ ਘੱਲਿਆ, ਇੰਗਲੈਂਡ ਚ ਰਹਿ ਕੇ 12-15 ਸਾਲ ਰਿਹਾ ਜੀ, ਉੱਥੇ ਨੇਮ ਨਾਲ ਵਿਆਹ ਕਰਾਇਆ, 2 ਬੱਚੇ ਆ, ਕੁੜੀ ਮੁੰਡਾ ਇਹਦਾ, ਇਹਦੇ ਦਿਮਾਗੀ ਕੋਈ ਟੈਨਸ਼ਨ ਆ, ਇੱਕ ਨਸ਼ੇ ਕਰਦਾ ਜੀ, ਉਹਦਾ ਕਰਕੇ ਅੱਗੇ ਵੀ 1-2 ਨੂੰ ਮਾਰਿਆ ਨੇ, ਹੁਣ ਮਾਤਾ ਨੂੰ ਮਾਰਤਾ, ਮਾਤਾ ਨੂੰ ਉਦਾਂ ਮਾੜੇ ਮੋੜੇ ਧੱਕੇ ਧੁੱਕੇ ਮਾਰਦਾ ਸੀ, ਅੱਗੇ ਥੋੜਾ ਬੜਾ ਮਾਰਦਾ ਸੀ ਪੈਸੇ ਪੂਸਿਆਂ ਨੂੰ, ਤੇ ਇੰਨਾ ਨੀ ਅਸੀਂ ਆਉਂਦੇ ਹੀ, ਕਈ ਵਾਰੀ ਸਮਝਾ ਦਈਦਾ ਸੀ, ਕਈ ਵਾਰੀ ਸਾਡੇ ਗੱਲ ਪੈ ਜਾਂਦਾ, ਫਿਰ ਉੱਠ ਕੇ ਚੱਲ ਜਾਈ, ਸੱਕਾ ਭਰਾ ਹੈ। ਇਸੇ ਨੇ ਕੀਤਾ ਜੀ, ਹੋਰ ਕੌਣ ਕਰ ਸਕਦਾ, ਮਾਤਾ ਨੂੰ ਹੋਰ ਕਿਸੇ ਦਾ ਕੀ ਵੈਰ ਆ ਜੀ, ਉਹ ਕਿਸੇ ਨੂੰ ਚੰਗੀ ਮਾੜੀ ਤੇ ਕਹਿੰਦੀ ਨੀ, ਆਂਢ ਗੁਆਂਢ ਚ ਕੋਈ ਕਰਦਾ ਵੀ ਮਾਂ ਦਾ ਹੀ ਇਸੇ ਬੇਰਹਿਮੀ ਦੇ ਨਾਲ ਕਤਲ ਕੀਤਾ, ਲੱਗਦਾ ਕਿ ਇਸ ਤਰ੍ਹਾਂ ਜਿਹਨੇ ਦੁਨੀਆ ਦਿਖਾਈ ਉਹਨੂੰ ਦੁਨੀਆ ਤੋਂ ਬਤਾਤਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਠੀਕ ਸਾਡੇ ਨਾਲ ਵੀ ਲੜਦਾ ਸੀ, ਅਸੀਂ ਇਸ ਵਜ੍ਹਾ ਤੋਂ ਨਹੀਂ ਆਉਂਦੇ, ਅਸੀਂ ਆਪਣੇ ਵੱਖਰੇ ਪਿੰਡ ਰਹਿੰਦੇ ਹਾਂ। ਫਿਰ ਮਾਤਾ ਨਾ ਮੇਰੇ ਕੋਲ ਵੀ ਚੱਲ ਜਾਂਦੀ ਸੀ, ਮਹੀਨਾ ਮਹੀਨਾ ਡੇਢ ਡੇਢ ਰਹਿੰਦੀ ਸੀ ਮੇਰੀ ਭੈਣ ਕੋਲ, ਉੱਥੇ 5-4 ਮਹੀਨੇ ਉੱਥੇ ਰਹਿ ਕੇ ਆਈ ਹੈ, ਕਰਦਾ ਸੀ ਜੀ, ਜਦੋਂ ਆਉਂਦੇ ਸੀ ਸਾਡੇ ਨਾਲ ਲੜਦਾ ਸੀ, ਉੱਥੇ ਪਿੰਡ ਵੀ ਜਾਇਦਾ ਕੇ ਕਰਦਾ ਸੀ, ਆਹ ਹੁਣ ਇਲੈਕਸ਼ਨ ਸੀ ਉਦੋਂ ਸ਼ਰਾਬ ਨਾਲ ਰੱਜ ਕੇ ਤੇ ਗੁਆਂਢੀਆਂ ਦੇ ਘਰ ਸੁੱਤਾ ਰਿਹਾ ਸੀ, ਜੰਦਰਾ ਮਾਰ ਕੇ ਪਾਸੇ ਹੋ ਗਈ ਵੀ ਇਹ ਚੱਲ ਜੂਗਾ ਤੇ ਫੇਰ ਘਰੇ ਜਾਵਾਂ। ਹਾਂਜੀ ਇੱਥੇ ਕੋਈ ਬੇਰ ਸਾਹਿਬ ਰੋਟੀ ਰੂਟੀ ਖਾ ਕੇ ਕੋਈ ਮਾੜਾ ਬੰਦਾ ਸੀ, ਉਹਨੂੰ ਮਾਰਿਆ ਸੀ ਜੀ ਇਹਨੇ, ਮਾਤਾ ਨੇ ਉਹਨੂੰ ਉਹਦਾ ਤਰਲਾ ਮਿੰਨਤ ਕੀਤਾ, ਉਹਨੂੰ ਕੋਈ ਪੈਸੇ ਪੂਸੇ ਦਿੱਤੇ, ਉਹਦੇ ਨਾਲ ਰਾਜੀਨਾਮਾ ਕਰਕੇ ਇਹਨੂੰ ਬਾਂਦਰ ਨੂੰ ਵੀ ਚੱਲ ਮੇਰਾ ਮੁੰਡਾ ਖਾਣੇ ਜੇਲ ਨਾ ਵੇਚ, ਤੇ ਉਹਨੇ ਆਪ ਹੀ ਮਾਤਾ ਨਾਲ ਕੰਮ ਕਰਤਾ। ਬਿਲਕੁਲ ਅੱਜ ਸਵੇਰੇ ਐਸਐਚ ਨੂੰ ਫੋਨ ਆਇਆ ਵੀ ਇੱਥੇ ਕਿਰਾਏਦਾਰ ਸੀਗੇ ਥੱਲੇ ਰਹਿੰਦੇ ਮਕਾਨ ਦੇ, ਜਵਾਲਾ ਨਗਰ ਦੀ ਗੱਲ ਹੈ, ਤੇ ਉਹ ਜਦੋਂ ਪੁਲਿਸ ਆਈ ਇਹਨਾਂ ਨੇ ਤਾਂ ਖੂਨ ਦੇਖਿਆ, ਹੋਰ ਨੀ ਇਹਨਾਂ ਨੇ ਕੁਛ ਦੇਖਿਆ। ਜਦੋਂ ਪੁਲਿਸ ਮੌਕੇ ਤੇ ਆਈ, ਐਸਐਚ ਆਏ ਨਾਲ ਉਹਦੇ ਪਾਰਟੀ ਪੁਲਿਸ ਪਾਰਟੀ, ਤੇ ਉਹ ਡੈਡ ਬੋਡੀ ਪਈ ਸੀਗੀ ਇੱਕ ਲੇਡੀਜ਼ ਦੀ, ਕਾਫੀ ਪੁਰਾਣੀ ਲੱਗਦੀ ਹੈ, 3-4 ਦਿਨ ਜਿੱਦਾਂ ਸਮੈਲ ਆਉਣ ਡਈ ਸਾਰੀ, ਘਰ ਚ ਵੀ ਖੂਨ ਖਿਲ ਰਿਹਾ ਹੈ ਸਾਰਾ। ਇਹ ਕੁਲਵਿੰਦਰ ਕੌਰ ਨਾਂ ਦੀ ਲੇਡੀ ਹੈ, ਇਹ ਆਪਣੇ ਬੇਟੇ ਦੇ ਨਾਲ ਇੱਥੇ ਰਹਿੰਦੀ ਸੀ, ਬੇਟਾ ਇਹਦਾ ਥੋੜਾ ਦਿਮਾਗੀ ਪਰੇਸ਼ਾਨ ਆ, ਨਸ਼ੇ ਨੁਸ਼ੇ ਵੀ ਕਰਦਾ ਲੱਗਾ, ਤੇ ਇਹ ਇੰਗਲੈਂਡ ਤੋਂ ਡਿਪੋਰਟ ਹੋ ਕੇ ਆਇਆ ਹੈ, ਤੇ ਕੁਲਵਿੰਦਰ ਕੌਰ 80 ਸਾਲ ਦੀ ਲੇਡੀ ਸੀ, ਇਹਦੀ ਡੈਡ ਬੋਡੀ ਜਿਹੜੀ ਮਿਲੀ ਹੈ, ਤੇ ਇਹਦੇ ਰਿਸ਼ਤੇਦਾਰ ਬੁਲਾਏ ਸਾਰੇ, ਇਹਦਾ ਬੇਟਾ ਬੂਸੋਵਾਲ ਵੈਸੇ ਪਿੱਛੋਂ ਬੂਸੋਵਾਲ ਦੇ ਹੈ, ਤੇ ਉਹ ਬੂਸੋਵਾਲ ਤੋਂ ਆਇਆ, ਦੋ ਬੇਟੇ ਆ, ਇੱਕ ਬੇਟੀ ਆ, ਦੂਸਰਾ ਬੇਟਾ ਵੀ ਆਇਆ ਦਵਿੰਦਰ ਸਿੰਘ, ਉਹ ਪੁੱਛਗਿੱਛ ਕਰਦੇ ਹੁਣ, ਦੇਖਦੇ ਹਾਂ ਵੀ ਕੀ ਮਸਲਾ ਹੈ। ਫਿਲਹਾਲ ਕਿਸੇ ਨੇ ਰੌਣਕ ਵੀ ਕੀਤਾ ਗਿਆ ਨਹੀਂ, ਅਜੇ ਤਾਂ ਪੁੱਛਗਿੱਛ ਹੀ ਚੱਲ ਰਹੀ ਹੈ। ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਪੁੱਤ ਵੱਲੋਂ ਹੀ ਮਾਂ ਦਾ ਕਤਲ ਕੀਤਾ ਗਿਆ, ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਅਜੇ ਦੇਖੋ ਗੱਲਾਂ ਜਿਹੜੀਆਂ ਆਉਣ ਡੀਆਂ, ਸ਼ੱਕ ਤਾਂ ਹੈਗਾ ਇਹ, ਅਜੇ ਅਸੀਂ ਕਲੀਅਰ ਨਹੀਂ ਕਹਿ ਸਕਦੇ, ਠੀਕ ਹੈ, ਜੋ ਹਾਲਾਤ ਆ ਉਹ ਇਦਾਂ ਦੇ ਹੀ ਪੁੱਛਗਿੱਛ ਚੱਲ ਰਹੀ ਹੈ ਅਜੇ ਸਰ। ਗੋਰੀ ਦੇ ਨਾਲ ਜਿਹੜੀ ਉੱਥੇ ਦੀ ਇੰਗਲੈਂਡ ਦੀ ਗੋਰੀ, ਉਹਦੇ ਨਾਲ ਇਹਨੇ ਮੈਰਿਜ ਕੀਤੀ ਹੈ,
दो बच्चे दस दो उतो भी रिपोर्ट होके आए नी साढ़े तीन साल हो साढ़े तीन साल का इतने रहा जी अपनी माँ का कला ही रहना है कोई इतों का भी क्रिमिनल स्कोर हो गई क्रिमिनल ये लड़ाका जहा लड़ाई झगड़ा सारे ने करता रहा माँ ना भी लड़ता हूँ अपनी